ਸਪਰੀਮ ਕੋਰਟ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਖਰੀ ਮਾਨਤਾ ਦੇਣ ਪਿੱਛੋਂ ਸਿੱਖ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਨੂੰ ਲੈ ਕੇ ਕਮੇਟੀ ਨੇ ਵੱਡਾ ਫੈਸਲਾ ਲਿਆ ਹੈ। ਹਰਿਆਣਾ ਦੇ ਕੈਥਲ ਦੇ ਵਿੱਚ ਗੁਰਦੁਆਰਾ ਦੇ ਵਿੱਚ ਕਮੇਟੀ ਮੈਂਬਰਾਂ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਬਲਜੀਤ ਸਿੰਘ ਦਾਦੂਵਾਲ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਹਟਾ ਕੇ ਜਗਜੀਤ ਸਿੰਘ ਝਿੰਡਾ ਨੂੰ ਐਚਐਸਜੀਪੀਸੀ ਦਾ ਨਵਾਂ ਮੁਖੀ ਨਿਯੁਕਤ ਕਰ ਦਿੱਤਾ ਗਿਆ। ਇਹ ਮੀਟਿੰਗ ਕੈਥਲ ਸ਼ਹਿਰ ਤੇ ਗੁਰਦੁਆਰਾ ਨੀਮ ਸਾਹਿਬ ਦੇ ਵਿੱਚ ਹੋਈ ਸੀ ਜਿਸ ਦੇ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 33 ਮੈਂਬਰਾਂ ਨੇ ਮੀਟਿੰਗ ਸਰਬਸੰਮਤੀ ਨਾਲ ਕੀਤੀ ਤੇ ਇਹਦੇ ਵਿੱਚ ਫੈਸਲਾ ਕੀਤਾ ਗਿਆ ਇਸ ਮੀਟਿੰਗ ਦੇ ਵਿੱਚ 26 ਮੈਂਬਰ ਹਾਜ਼ਰ ਸਨ ਜਦਕਿ 7 ਮੈਂਬਰਾਂ ਨੇ ਵੀਡੀਓ ਕਾਨਫਰencing ਦੇ ਜ਼ਰੀਏ ਆਪਣੀ ਹਿੱਸੇਦਾਰੀ ਪਾਈ ਸੀ ਇਸ ਮੌਕੇ ਬਲਜੀਤ ਸਿੰਘ ਦਾ ਦਾਦੂਵਾਲ ਨੇ ਕਿਹਾ ਕਿ ਜਗਦੀਸ਼ ਝਿੰਡਾ ਗੈਰ ਕਾਨੂੰਨੀ ਗੱਲਾਂ ਕਰ ਰਹੇ ਨੇ ਤੇ ਕਈ ਹੋਰ ਤਰ੍ਹਾਂ ਦੇ ਦੋਸ਼ ਵੀ ਇਹਨਾਂ ਨੇ ਜਗਜੀਤ ਸਿੰਘ ਝਿੰਡਾ ਤੇ ਲਾਏ ਨੇ ਪਰ ਆ ਜਿਹੜੀ ਚਰਚਾ ਉਹ ਇਹੀ ਹੈ ਕਿ ਬਲਜੀਤ ਸਿੰਘ ਦਾਦੂਵਾਲ ਭਾਜਪਾ ਦੇ ਮਗਰ ਲੱਗ ਕੇ ਉੱਥੇ ਬਹੁਤ ਕੁਝ ਜਾਂ ਇਹੋ ਜਿਹੇ ਕਾਰਵਾਈਆਂ ਦੇ ਵਿੱਚ ਸ਼ਾਮਲ ਰਿਹਾ ਜਿਹੜੀਆਂ ਕਾਰਵਾਈਆਂ ਪੰਥ ਦੇ ਵਿੱਚ ਕਬੂਲ ਨਹੀਂ ਸਨ ਲੋਕਾਂ ਨੂੰ ਪੰਥ ਦੇ ਵਿੱਚ ਮਨਜ਼ੂਰ ਨਹੀਂ ਸਨ ਪਰ ਹੋਇਆ ਉਹੀ ਜੋ ਉਹਨਾਂ ਨੇ ਚਾਹਣਾ ਸੀ ਹਰਿਆਣਾ ਨੂੰ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਮਿਲ ਗਈ ਪਰ ਇਹਦੇ ਨਾਲ ਨਾਲ ਜਿਹੜੀ ਜਗਜੀਤ ਝਿੰਜਾ ਨੇ ਜੋ ਸੰਘਰਸ਼ ਕੀਤਾ ਇਸ ਕਮੇਟੀ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਲੱਗੇ ਹੋਏ ਨੇ ਤਾਂ ਉਹ ਜਿਹੜਾ ਉਹਨਾਂ ਨੂੰ ਹੁਣ ਘੱਟੋ ਘੱਟ 32 33 ਜਣਾਂ ਦਾ ਜਿਹੜਾ ਸਮਰਥਨ ਸੀ ਉਹ ਪ੍ਰਾਪਤ ਸੀਗਾ ਤੇ ਹੁਣ ਉਹਨਾਂ ਨੇ ਆਪਾਂ ਉਹਨਾਂ ਨੂੰ ਜਿਹੜਾ ਐਚਜੀ ਐਚਐਸ ਜੀਪੀਸੀ ਦਾ ਨਵਾਂ ਪ੍ਰਧਾਨ ਜਿਹੜਾ ਉਹ ਮੰਨ ਲੈ ਕੇ ਗੱਲ ਕਰਦੇ ਹਾਂ ਕਿਸਾਨੀ ਦੀ ਬੇਮੌਸਮੀ ਮੀਂਹ ਅਤੇ ਤੇਜ਼ ਹਵਾਵਾਂ ਨੇ ਪਿਛਲੇ 24 ਘੰਟਿਆਂ ਦੇ ਦੌਰਾਨ ਪੰਜਾਬ ਦੇ ਵਿੱਚ ਪੱਕਣ ਵਾਲ ਵੱਧ ਰਹੀਆਂ ਫਸਲਾਂ ਨੂੰ ਢੇਰੀ ਕਰ ਦਿੱਤਾ ਅੱਸੂ ਦੀ ਝੜੀ ਕਰਕੇ ਕਿਸਾਨ ਨਿਰਾਸ਼ ਨੇ ਪਹਿਲੀ ਅਕਤੂਬਰ ਤੋਂ ਝੋਨੇ ਦੀ ਸ਼ੁਰੂ ਹੋਣ ਵਾਲੀ ਸਰਕਾਰੀ ਖਰੀਦ ਹੁਣ ਪਛੜਨ ਦਾ ਖਤਸ਼ਾ ਵੀ ਬਣ ਗਿਆ ਹੈ ਨਵੀਂ ਵੱਧ ਗਈ ਹੈ ਤੇ ਇਸ ਕਰਕੇ ਮੰਡੀਆਂ ਦੇ ਵਿੱਚ ਕਿਸਾਨਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਇਹ بارش ਆਮ ਆਦਮੀ ਪਾਰਟੀ ਦੀ ਸਰਕਾਰ ਦੀ ਝੋਨੇ ਦੀ ਫਸਲ ਦੀ ਪਹਿਲੀ ਖਰੀਦ ਲਈ ਚੁਣੌਤੀ ਵੀ ਬਣ ਸਕਦੀ ਹੈ ਇਹ ਵੀ ਖਤਸ਼ਾ ਹੈ ਕਿ ਕੇਂਦਰ ਸਰਕਾਰ ਝੋਨੇ ਦੀ ਖਰੀਦ ਮੌਕੇ ਨਵੇਂ ਅੜਿੱਕੇ ਖੜੇ ਕਰ ਸਕਦੀ ਹੈ ਸ਼ੁੱਕਰਵਾਰ ਨੂੰ ਸ਼ੁਰੂ ਹੋਏ ਇਸ ਮੀਂਹ ਨੇ ਸਮੁੱਚੇ ਸੂਬੇ ਨੂੰ ਜਲ-ਥਲ ਕਰ ਦਿੱਤਾ ਹੈ ਮੌਸਮ ਵਿਭਾਗ ਨੇ ਐਤਵਾਰ ਅਤੇ ਸੋਮਵਾਰ ਨੂੰ ਵੀ ਮੀਂਹ ਪੈਣ ਦੀ ਪੁਵਕਵਾਨੀ ਕੀਤੀ ਹੈ ਜਦੋਂ ਕਿ 27 ਅਤੇ 28 ਸਤੰਬਰ ਨੂੰ ਮੌਸਮ ਖੁਸ਼ਕ ਰਹਿ ਸਕਦਾ ਹੈ ਅੰਦਾਜ਼ਾ ਹੈ ਕਿ ਪੱਛਮੀ ਮਾਲਵੇ ਨੂੰ ਛੱਡ ਕੇ ਬਾਕੀ ਸੂਬੇ ਦੇ ਵਿੱਚ ਬੱਦਲਾਂ ਦੀ ਘਾਤ ਤੇ ਚਮਕ ਬਣੀ ਰਹੇਗੀ ਇਸੇ ਤਰ੍ਹਾਂ ਮਾਝੇ ਦੇ ਵਿੱਚ ਹਲਕੀ ਅਤੇ ਦੁਆਬੇ ਦੇ ਵਿੱਚ ਦੁਆਬੇ ਤੇ ਮਾਲਵੇ ਦੇ ਕੁਝ ਹਿੱਸਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਬੀਤੇ 24 ਘੰਟਿਆਂ ਦੇ ਵਿੱਚ ਅਮ੍ਰਿਤਸਰ ਦੇ ਵਿੱਚ 23.3 ਸੰਗਰੂਰ ਦੇ ਵਿੱਚ 26.4 ਐਮ ਐਮ ਮੀਂਹ ਪਿਆ ਫਾਜ਼ਲ ਕਾ ਹੁਸ਼ਿਆਰਪੁਰ ਅਤੇ ਪਠਾਨਕੋਟ ਸੁੱਕੇ ਰਹੇ ਨੇ ਬਠਿੰਡਾ ਦਾ ਪਾਰਾ 21.2 ਡਿਗਰੀ ਸੈਲਸੀਅਸ ਤੇ ਪਹੁੰਚ ਗਿਆ। بارش ਦਾ ਮੀਂਹ ਦਾ ਅਸਰ ਸਭ ਤੋਂ ਵੱਧ ਫਸਲਾਂ ਤੇ ਪਿਆ ਨਰਮਾ ਪੱਟੀ ਦੇ ਵਿੱਚ ਨਰਮੇਕ ਬਾਦੀ ਫਸਲ ਤੇ ਗੁਲਾਬੀ ਸੁੰਡੀ ਦਾ ਹਮਲਾ ਹੋਣ ਦਾ ਖਤਰਾ ਵੱਧ ਗਿਆ। ਨਾਲ ਹੀ ਜਿਹੜੇ ਕਿਸਾਨਾਂ ਦੇ ਖੇਤ ਨੀਵੇਂ ਨੇ ਆਸੇ ਪਾਸੇ ਦੇ ਇਲਾਕਿਆਂ ਨਾਲ ਉਹਨਾਂ ਦੇ ਖੇਤਾਂ ਦੇ ਵਿੱਚ ਉਹਨਾਂ ਦੇ ਵਾਹਣਾਂ ਦੇ ਵਿੱਚ ਕਈ ਕਿ ਫੁੱਟ ਪਾਣੀ ਖੜ ਗਿਆ ਤੇ ਨਰਮੇ ਦੇ ਵਿੱਚ ਜੇਕਰ 1-2 ਦਿਨ ਵੀ ਪਾਣੀ ਖੜ ਜਾਵੇ ਤਾਂ ਫਸਲ ਖਰਾਬ ਹੋ ਜਾਂਦੀ ਹੈ। ਖੇਤੀਬਾੜੀ ਮਾਹਰ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਨਵੀਂ ਫਸਲਾਂ ਦੇ ਲਈ ਇਸ ਵੇਲੇ ਬਿਮਾਰੀਆਂ ਦਾ ਘਰ ਹੈ ਤੇ ਅਜਿਹੇ ਮੌਸਮ ਦੇ ਵਿੱਚ ਸੁੰਡੀ ਦਾ ਖਤਰਾ ਜਾਂ ਹੋਰ ਕਈ ਤਰ੍ਹਾਂ ਦੇ ਜਿਹੜੇ ਬਿਮਾਰੀ ਨੂੰ ਮੱਛਰ ਪੈ ਦੇ ਖਤਰੇ ਨੇ ਜਿਹੜੇ ਵਧ ਜਾਂਦੇ ਨੇ ਤੇ ਕੀਟਨਾਸ਼ਕ ਵੀ ਕੋਈ ਅਸਰ ਨਹੀਂ ਕਰਦੀ। ਕਈ ਕਿਸਾਨ ਨੇ ਉਹਨਾਂ ਨੇ ਕਿਹਾ ਕਿ ਨਿਸਰ ਰਹੇ ਤੇ ਪਛੇਤੇ ਝੋਨੇ ਦੇ ਜਿਹੜੇ ਦਾਣੇ ਆ ਉਹ ਕਾਲੇ ਪੈ ਸਕਦੇ ਆ। ਅਗਲੀ ਖਬਰ ਦੇ ਵੱਲ ਵਧ ਗਏ ਤੇ ਗੱਲ ਕਰੀਏ ਚੰਡੀਗੜ੍ਹ ਯੂਨੀਵਰਸਿਟੀ ਦੀ ਵੀਡੀਓ ਮਾਮਲੇ ਦੀ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਪੁਲਿਸ ਨੇ ਅਰੁਣਾਚਲ ਪੁਲਿਸ ਅਤੇ ਪੰਜਾਬ ਪੁਲਿਸ ਦੇ ਜੁਆਇੰਟ ਆਪਰੇਸ਼ਨ ਦੇ ਵਿੱਚ ਚੌਥੇ ਦੋਸ਼ੀ ਨੂੰ ਅਰੁਣਾਚਲ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਫੜੇ ਗਏ ਦੋਸ਼ੀ ਦੀ ਪਛਾਣ ਸੰਜੀਵ ਸਿੰਘ ਵਜੋਂ ਹੋਈ ਹੈ ਇੱਥੇ ਦੱਸਣਾ ਬਣਦਾ ਹੈ ਕਿ ਸੰਜੀਵ ਜਿਹੜਾ ਦੋਸ਼ੀ ਕਿਹਾ ਜਾ ਰਿਹਾ ਉਹ ਫੌਜ ਦਾ ਜਵਾਨ ਹੈ ਤੇ ਇਸ ਵੇਲੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਤਨਤ ਹੈ ਪੰਜਾਬ ਪੁਲਿਸ ਸੰਜੀਵ ਨੂੰ ਟਰਾਂਜ਼ਿਟ ਰਿਮਾਂਡ ਉੱਤੇ ਪੰਜਾਬ ਲੈ ਕੇ ਆਵੇਗੀ ਇਸ ਦੇ ਨਾਲ ਹੀ ਦੱਸਿਆ ਗਿਆ ਹੈ ਕਿ ਉਹ ਜਿਹੜਾ ਉਹਨੂੰ ਮਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਲਈ ਐਲ ਡੀ ਸੀ ਜੀ ਐਮ ਬੋਮਦਲਾ ਜਿਹੜੇ ਬੋਮਦਲਾ ਦੇ ਵਿੱਚ ਪੈਂਦੇ ਨੇ ਸੀ ਜੀ ਐਮ ਉਹਨਾਂ ਤੋਂ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ ਗਿਆ ਇਹ ਜਿਹੜਾ ਪਤਾ ਲੱਗਿਆ ਇਹ ਬੰਦਾ ਬਹੁਤ ਹੀ ਚਲਾਕੀ ਦੇ ਨਾਲ ਸੰਜੀਵ ਸਿੰਘ ਕੁੜੀ ਤੋਂ ਵੀਡੀਓ ਮੰਗਵਾ ਕੇ ਉਹਨੂੰ ਬਲੈਕਮੇਲ ਕਰ ਰਿਹਾ ਸੀ ਤੇ ਇਹ ਸਿਲਸਿਲਾ ਕਾਫੀ ਸਮੇਂ ਤੋਂ ਚੱਲ ਰਿਹਾ ਸੀ ਪੰਜਾਬ ਪੁਲਿਸ ਹੁਣ ਇਹਨੂੰ ਮਹਾਲੀ ਕੋਰਟ ਦੇ ਵਿੱਚ ਗ੍ਰਿਫਤਾਰ ਕਰੇਗੀ ਜ਼ਿਕਰਯੋਗ ਹੈ ਕਿ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਤਿੰਨ ਮੁਸਲਮਾਨਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਜਿਸ ਦੇ ਵਿੱਚ ਵੀਡੀਓ ਬਣਾਉਣ ਵਾਲੀ ਕੁੜੀ ਵੀ ਸ਼ਾਮਲ ਹੈ ਪੰਜਾਬ ਪੁਲਿਸ ਦੀ ਐਸਆਈਟੀ ਨੇ ਅਸ਼ਲੀਲ ਵੀਡੀਓ ਬਣਾਉਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਤਿੰਨ ਮੁਸਲਮਾਨਾਂ ਤੋਂ ਪੁੱਛਗਛ ਕੀਤੀ ਹੈ ਇਲਜ਼ਾਮ ਹੈ ਕਿ ਰਹਿਣ ਵਾਲੇ ਇੱਕ ਵਿਦਿਆਰਥੀ ਨੇ ਬਾਥਰੂਮ ਦੇ ਵਿੱਚ ਹੋਰ ਵਿਦਿਆਰਥਣਾਂ ਦੇ ਨਾਲ ਕਈ ਇਤਰਾਜੀ ਵੀਡੀਓ ਬਣਾਈਆਂ ਸਨ ਇਸ ਮਾਮਲੇ ਦੇ ਵਿੱਚ ਮੁਲਜ਼ਮ ਵਿਦਿਆਰਥੀ ਅਤੇ ਹਿਮਾਚਲ ਪ੍ਰਦੇਸ਼ ਦੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਤਾ ਇਹ ਵੀ ਲੱਗਿਆ ਸੀ ਕਿ ਇਹਨਾਂ ਦੇ ਵਿੱਚੋਂ ਇੱਕ ਦੋਸ਼ੀ ਨੌਜਵਾਨ ਇਸ ਵਿਦਿਆਰਥਣ ਦਾ ਮਿੱਤਰ ਵੀ ਦੱਸਿਆ ਗਿਆ